ਅੱਜ ਦਿਨ ਤੱਕ ਮੈਂ ਜਿਤਨੇ ਦੌਰਾਨ ਭਲਵਾਨੀ ਕੀਤੀ ਹੈ, ਮੈਂ ਕੋਈ ਕਿਸੇ ਕਿਸਮ ਦਾ ਵੇਟ ਗੈਨ ਯੂਜ਼ ਨਹੀਂ ਕੀਤਾ। ਮੈਂ ਆਪਣੀ ਇਸ ਹੈਲਥ ਜਰਨੀ 'ਚ ਇਨਸ਼ਾਅੱਲਾ ਵਾਪਸ ਕਿਆ ਉਸ ਨਾਮ ਕਰ ਸਾਹਿਬ। ਅਸਲਾਮ ਅਲੈਕੁਮ ਜੀ, ਉਮੀਦ ਕਰਨਾ ਸਾ ਸਾਰੇ ਵੱਲੋਂ, ਸੋ ਮੈਂ ਇਰਫਾਨ ਜ਼ਫਰ, ਸਤਿ ਸ਼੍ਰੀ ਅਕਾਲ ਕਸ਼ਮੀਰ ਟੀਵੀ, ਜਨਾਬ ਵਾਲਾ ਵੈਲਕਮ ਹੋਮ ਬੈਕ। ਮਾਸ਼ਾਅੱਲਾ ਦੇ ਨਾਲ ਪੰਜਾਂ ਛਿਆਂ ਸੱਤਾਂ ਅੱਠਾਂ ਦਿਹਾੜਿਆਂ ਨੇ ਜਰਨੀ ਸ਼ੋਰਟ ਜੀ ਕਰੀ ਕਿ ਮਾਸ਼ਾਅੱਲਾ ਤੁਸੀਂ ਬੱਗੂ ਸਾਹਿਬ ਨਾਲ ਦੀਦਾਰ ਕਰਾਈ ਕਿ ਪਹਾੜਾਂ ਨੇ ਦੀਦਾਰ ਕਰਾਈ ਕਿ ਜਨਾਬ ਵਾਲਾ, ਅਤੇ ਮੈਂ ਵਾਪਸ ਆਈ ਚੁੱਕਿਆ ਆਪਣੇ ਘਰ, ਅਤੇ ਸਵੇਲੇ ਸਵੇਲੇ ਆਇਆ ਵੋਕ ਕਰਨ ਵਾਸਤੇ ਡੈਮੇ ਨੇ ਉੱਪਰ, ਅਤੇ ਮੈਂ ਕਿਹਾ ਇੱਥੋਂ ਸਟਾਰਟ ਕਰਨੇ ਆ ਆਪਣੇ ਵਲੋਗ ਨਾ, ਤਾਂ ਕਿ ਸਾਡੇ ਵਿਊਵਰਸ ਜਿਹੜੇ ਨਾ ਬਿਲਕੁਲ ਜਿਹੜੀ ਨੈਚੁਰਲ ਬਿਊਟੀ ਹੈ ਨਾ ਇੱਥੋਂ ਸਵੇਲੇ ਸਵੇਲੇ ਸਾਡਾ ਵਲੋਗ ਤੱਕਣ। ਅਮੂਮਨ ਮਾੜੀ ਕੋਸ਼ਿਸ਼ ਹੋਣੀ ਹੈ ਕਿ ਕੋਈ ਵੀ ਵਲੋਗ ਜਿਹੜਾ ਨਾ ਉਹ ਸਵੇਲੇ ਸੂਰਜ ਨਿਕਲਣੇ ਤੋਂ ਪਹਿਲੇ ਕੋਸ਼ਿਸ਼ ਹੋਣੀ ਹੈ ਸਟਾਰਟ ਕਰਾਂ, ਜਾਂ ਫੌਰਨ ਜਿਹੜਾ ਸੂਰਜ ਚੜ੍ਹਨਾ ਉਹ ਸਟਾਰਟ ਕਰਾਂ, ਔਰ ਇਸਨੀ ਐਂਡਿੰਗ ਸ਼ਾਮ ਤੱਕ ਰੱਖਾਂ ਮਾਸ਼ਾਅੱਲਾ, ਅਤੇ ਪੂਰਾ ਦਿਨ ਵੀ ਤੁਸਾਂ ਕੀ ਦੱਸਿਆ ਕਰਾਂ। ਬਹਰਹਾਲ ਹੁਣ ਮੈਂ ਆ ਚੁੱਕਿਆ ਕਾਰ, ਇਸ ਤੋਂ ਪਹਿਲੇ ਮਜ਼ੀਦ ਗੱਲਾਂ ਕਰਾਂ। ਡੈਮ ਬਿਲਕੁਲ ਹੋ ਚੁੱਕਿਆ ਫੁੱਲ, ਬਿਲਕੁਲ ਪਹਿਲੇ ਇਸ ਨਾਲ ਤੁਸੀਂ ਇੱਕ ਦੀਦਾਰ ਕਰੋ ਡੈਮੇ ਨਾਲ, ਫਿਰ ਬਾਕੀ ਗੱਲਾਂ ਉਸ ਜਨਾਬ ਨਜ਼ਰ ਮਾਰੋ। ਹਾਂ, ਹੁਣ ਸਾਡੇ ਘਰ ਇੱਥੋਂ ਤਕਰੀਬਨ 2 ਮਿੰਟ ਲੱਗਣੇ ਟੋਟਲ ਡੈਮੇ ਬਰਛਣੇ ਤੇ, ਅਤੇ ਘਰਾਂ ਨੇ ਗਿਆ ਵਿਊ ਵੀ ਬੜਾ ਸੋਹਣਾ ਮਾਸ਼ਾਅੱਲਾ ਦੇ ਨਾਲ। ਅੱਜ ਇੱਕ ਖਾਸ ਟੋਪਿਕ ਨੇ ਉੱਪਰ ਗੱਲ ਕਰ ਸਾਂ, ਔਰ ਆਪਣੇ ਉਹਨਾਂ ਵਿਊਵਰਸ ਕੀ ਆਪਣੀ ਜ਼ਿੰਦਗੀ ਨਾਲ ਇੱਕ ਐਸਾ ਹਿੱਸਾ ਦੱਸਾਂ ਅੱਲਾ ਨੇ ਹੁਕਮੇ ਨਾਲ, ਜਿਹੜੇ ਕਿ ਵਿਊਵਰਸ ਮੈਂ ਸਿਰਫ ਯੂਟਿਊਬ ਨੇ ਥਰੂ ਜਾਣਨੇ, ਮਾੜੇ ਸਬਸਕ੍ਰਾਈਬਰਸ ਹਨ ਦੂਰੋਂ, ਮੈਂ ਨਹੀਂ ਪਤਾ ਕਿਹੜੇ ਕਿਹੜੇ ਜਗ੍ਹਾ ਤੋਂ, ਬਹਰਹਾਲ ਮੈਂ ਇਤਨਾ ਪਤਾ ਕਿ ਮਾਸ਼ਾਅੱਲਾ ਬੇਸ਼ੁਮਾਰ ਕੰਟਰੀਆਂ 'ਚੋਂ ਤੱਕਿਆ ਜਾਣਾ, ਲੇਕਿਨ ਵੈਸੇ ਤੁਸੀਂ ਮਾੜੀਆਂ ਬਹੁਤ ਸਾਰੀਆਂ ਜਰਨੀਆਂ ਤੱਕੀਆਂ ਉਹ ਸਨ, ਪਹਾੜਾਂ ਨਹੀਂ ਜਰਨੀ, ਕਸ਼ਮੀਰ ਨਹੀਂ ਜਰਨੀ, ਬੱਕਰਵਾਲ ਜਰਨੀ, ਲੇਕਿਨ ਅੱਜ ਨਹੀਂ ਵੀਡੀਓ 'ਚ ਖਾਸ ਚੀਜ਼ ਡਿਸਕਸ ਕਰ ਸਾਂ। ਬਹਰਹਾਲ ਅੱਜ ਨਾ ਵਲੋਗ ਹੁਣ ਮਾਸ਼ਾਅੱਲਾ ਸ਼ੁਰੂ ਕਰ ਰਹੇ ਹਾਂ, ਅੱਗੇ ਜੁਲੀ ਕੇ ਸਾਰੀ ਡਿਸਕਸ਼ਨ ਕਰ ਸਾਂ, ਤੁਸਾਂ ਕਿ ਖਾਸ ਪਾਰਟ ਆਪਣੀ ਜ਼ਿੰਦਗੀ ਨਾਲ ਜਿਹੜਾ ਵੈ ਨਾ ਉਹ ਦੱਸਾਂ, ਜਿਹੜਾ ਕਿ ਬਹੁਤ ਸਾਰੇ ਵਿਊਵਰਸ ਕੀ ਹਾਲੇ ਨਹੀਂ ਪਤਾ ਉਸ ਜ਼ਿੰਦਗੀ ਨੇ ਖਾਸ ਪਾਰਟ। ਮੈਂ ਤੁਸਾਂ ਕਿ ਇਹ ਦੱਸਾਂ, ਯੂਟਿਊਬਰ ਬਣਨੇ ਤੋਂ ਪਹਿਲੇ ਜਨਾਬ ਵਾਲਾ ਮੈਂ ਕਿਆ ਕਰਨਾ ਸਾਂ, ਤੁਸਾਂ ਯਕੀਨਨ ਕਹਿ ਸਾਂ ਨਾ ਵਿਊਵਰਸ ਅੱਜ ਬੜੇ ਸਰਪ੍ਰਾਈਜ਼ ਹੋ ਸੋ, ਅਤੇ ਸ਼ੌਕ ਵੀ ਹੋ ਸੋ ਇਨਸ਼ਾਅੱਲਾ, ਅਤੇ ਅੱਗੇ ਜੁਲੀ ਕੇ ਅਦਰ ਡਿਸਕਸ ਕਰਨੇ ਹਾਂ। ਫਿਲਹਾਲ ਘਰੇ ਦਰ ਵਾਪਸ ਜਾ ਹੀ ਰਿਹਾ ਵਾਂ, ਕੋਈ ਨਾਸ਼ਤਾ ਸ਼ਾਸ਼ਤਾ ਸ਼ੁਰੂ ਕਰਾਂ, ਅਤੇ ਅੱਜ ਘਰੇ ਨਾ ਨਾਸ਼ਤਾ ਕਰਾਂ ਸਕੂਨ ਦੇ ਨਾਲ। ਬਾਹਰਾਂ ਨੇ ਨਾਸ਼ਤੇ ਬਹੁ ਪਰਾਂਠੇ ਅੰਡੇ ਯੇ ਵੋ ਖਾਧੇ, ਡੱਬਿਆਂ ਨੇ ਦੁੱਧ ਨਹੀਂ ਪਿਓਰ ਦੇਸੀ ਚਾਹ ਪੀਣਾ ਰਿਹਾ ਵਾਂ ਮੈਂ, ਉਸਨੇ ਨਾਲ ਨਾ ਮਜ਼ੀਦ ਬੰਦੇ ਨਹੀਂ ਹੈਲਥ ਨਹੀਂ ਜਿਹੜਾ ਨਾ ਤਬਾਹੀ ਹੋਈ ਜਾਣੀ ਹੈ। 7-8 ਦਿਹਾੜੇ ਪਹਿਲੇ ਲੈ ਮੈਂ ਗਿਆ ਸਾਂ, ਤਾਂ ਇਤਨਾ ਡੈਮ ਨਹੀਂ ਸੀ ਚੜਿਆ, ਮਜ਼ੀਦ ਜਿਹੜਾ ਨਾ 7-8 ਫੁੱਟ ਹਾਈਟ ਨੇ ਵਿੱਚ ਡੈਮ ਜਿਹੜਾ ਵਾ ਨਾ ਚੜਿਆ, ਤਾਂ ਹੁਣ ਤਾਂ ਕੋਠੀ ਨੇ ਵਿੱਚੋਂ ਵੀ ਐਸਾ ਵਿਊ ਹੈ ਨਾ ਕਿ ਤਾਂ ਦੁਨੀਆ ਨੇ ਕੁਛ ਕੋਨੇ ਪਰ ਵਿਊ ਨਹੀਂ ਹੈ, ਤਾਂ ਕੋਹਾਂ ਮਾਸ਼ਾਅੱਲਾ ਨੇ ਨਾਲ। ਔਰ ਮਜ਼ੇ ਦੀ ਗੱਲ ਇਹ ਹੈ ਕਿ ਇੱਥੇ ਅੱਗੇ ਕਿਆ ਸਾ ਨਾਮ ਹੈ, ਇਹ ਸਾਰੀ ਜ਼ਿੰਦਗੀ ਵਾਸਤੇ ਇਨਸ਼ਾਅੱਲਾ ਓਪਨ ਵਿਊ ਰੇਸੀ ਸੈਤਰਾ, ਇਹ ਜਿਹੜਾ ਤੱਕਣ ਲੱਗੇ ਵੇ ਹੋ, ਕਿਉਂਕਿ ਇਸ ਤੋਂ ਅੱਗੇ ਫਿਰ ਨਾ ਆਖਰੀ ਯਾਦ ਡੈਮ ਹੀ ਹੈ ਬਸ, ਉਹ ਵੀ ਜਿਹੜਾ ਕਿ ਇਸਲਾ ਬਿਲਕੁਲ ਕਰੀਬ ਆਇਆ ਵੈ। ਹੁਣ ਤੱਕ ਉਹ ਹਾਂ ਇੱਥੋਂ ਪੌੜੀਆਂ ਆਵਣ ਨਾ ਆਏ, ਹਾਏ 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 ਮਜ਼ਾ ਆਈ ਜਾ ਦੌੜਨੇ ਦੌੜਨੇ ਸਿੱਧੇ ਡੈਮ ਨੇ ਵਿੱਚ ਛਾਲਾਂ, ਕਿਆ ਤੁਸਾਂ ਆਉਣੇ ਹੋ ਇੱਥੋਂ ਪੌੜੀਆਂ ਹੋਣੀਆਂ ਚਾਹੀਦੀਆਂ ਥੱਲੇ ਸਿੱਧੀਆਂ ਜਿਹੜੀਆਂ ਡੈਮ ਨੇ ਵਿੱਚ ਜਾਈ ਅਟੈਚ ਆਵਣ। ਸਭ ਤੋਂ ਪਹਿਲੇ ਜਨਾਬ ਵਾਲਾ ਜੁਲਾਂ, ਕੋਈ ਹੇਅਰ ਕਟਿੰਗ ਕਰਾਂ, ਕੋਈ ਸ਼ੇਵ ਕਰਾਂ, ਕੋਈ ਆਪਣੇ ਹਾਲਾਤ ਬਿਹਤਰ ਕਰਾਂ, ਕਿਉਂਕਿ ਜਿਹੜਾ ਮੈਂ ਸਫ਼ਰ ਨਿਕਲੀ ਜਾਣਾ ਵਾਂ, ਤਾਂ ਫਿਰ ਸੋਚੋ ਵੀ ਨਾ ਕਿਸਾ ਨਾ ਕੋਈ ਹੇਅਰ ਕਟਿੰਗ, ਕੋਈ ਸ਼ੇਵ, ਕੋਈ ਸ਼ੂਫ। ਜਨਾਬ ਇਸ ਵੇਲੇ ਕੋਠੀ 'ਚ ਆ ਹੀ ਚੁੱਕੇ ਹਾਂ, ਪੂਰਾ ਕੁਰਸੀ ਡਾਸਾਂ,
ਸੋਹਣੇ ਨਜ਼ਾਇ ਭਾਈ ਸ਼ਵਾਕਤ, ਕੀ ਹਾਲ ਹੈ? ਮਹੀਨਾ ਪਹਿਲੇ ਵੀ ਰਹੀ ਆ ਯਾਰ, ਐਡਾ ਤੇ ਮੈਂ ਸਾਦਾ ਕੋਣਾ ਕਹਿ ਸਕਦਾ ਮੈਂ ਜੇ ਖੱਟਾ। ਇਸ ਨਜ਼ਾਰੇ ਨੇ ਵਿੱਚ ਹੇਅਰ ਕਟਿੰਗ ਨਾ ਇੱਕ ਆਪਣੇ ਕਹਿ ਸਕਦਾ ਨਾਮ ਹੈ ਲੁਤਫ ਹੋਸੀ ਆ, ਤੱਕਣੇ ਜਾਓ ਹੁਣ ਸਾਂ ਚਮਕ ਹੋਣੀ ਚਾਹੀਏ ਬਿਲਕੁਲ। ਵਿਕਾਸ ਸਾਹਿਬ ਤੁਸਾਂ ਕਿਆ ਪ੍ਰੋਗਰਾਮ ਹੈ? ਮਾੜਾ ਕੋਈ ਪ੍ਰੋਗਰਾਮ ਕੀ ਆ ਬਸ, ਤੁਸਾਂ ਕਟਾਈ ਨਾ ਨਾ ਠੀਕ। ਚਲੋ ਜੀ ਵਿਊਵਰਸ, ਬਹਿਣੇ ਆ ਤੇ ਕਟਾਣੇ ਆ। ਮੈਂ ਇਹਨਾਂ ਤੋਂ ਇਲਾਵਾ ਜਿਹੜਾ ਨਾ ਹੇਅਰ ਕਟਿੰਗ ਜਾਂ ਦਾੜੀ ਬੜੀ ਅਵੋਇਡ ਕਰਨਾ ਕਿ ਕੁਦਰੂ ਮਨਾ ਕਿਆ ਕਿ ਇੱਕ ਬੰਦਾ ਜਿਹੜਾ ਹੋਣਾ ਨਾ ਉਹ ਸਹੀ ਸੈਟਿੰਗ ਕਹਿ ਸਕਦਾ ਨਾ ਹੋਵੇ ਨਾ ਪਤਾ ਹੋਣੀ ਆ ਉਸ ਬੰਦੇ ਦੀ, ਪਰ ਮਜਬੂਰੀ ਦਾ ਨਾਮ ਸ਼ੁਕਰੀਆ। ਨਾ ਪੱਖਾ ਹਾਲੇ ਨਹੀਂ ਆਨ ਕਰਨਾ ਵਿਕਾਸ, ਨਾ ਪੱਖਾ ਨਹੀਂ। ਤਾਂ ਚਲੋ ਵਿਊਵਰਸ, ਇਨਸ਼ਾਅੱਲਾ ਹੇਅਰ ਕਟਿੰਗ ਕਰਾਉਣੇ ਆ। ਫਿਰ ਜਿਹੜਾ ਅੱਜ ਮੇਨ ਟੋਪਿਕ ਤੁਸਾਂ ਕਿ ਦੱਸਾਂ ਨਾ, ਜਿਹੜੀ ਗੱਲ ਕਰਨਾ ਚਾਹੁੰਦਾ ਵਾਂ ਉਹ ਹੇਅਰ ਕਟਿੰਗ ਤੋਂ ਇਨਸ਼ਾਅੱਲਾ ਬਾਅਦ। ਇਹ ਆ ਜੀ ਹੇਅਰ ਕਟਿੰਗ, ਤੁਸਾਂ ਜ਼ਿੰਦਗੀ ਨਾ ਤੱਕਿਓ ਸੀ ਤਾਂ ਨਾ ਇਹ ਜਾ ਹੇਅਰ ਕਟਿੰਗ ਐਸੀ ਜਗ੍ਹਾ ਕਿ ਜਿੱਥੋਂ ਵਿਊ ਇਤਨਾ ਮਜ਼ੇ ਨਾ ਆਵੇ। ਕਹਿਣੇ ਜੀ ਐ ਪੁਰਸਕੂਨ ਜਨਾਬ ਵਾਲਾ ਮਾਹੌਲ ਇਸ ਯਾਨੀ ਦੇਸੀ ਸਟਾਈਲ ਹੇਅਰ ਕਟਿੰਗ, ਗਰਾਵਾਂ ਥਾਵਾਂ ਨਹੀਂ ਹੇਅਰ ਕਟਿੰਗ, ਇਹ ਸ਼ਹਿਰਾਂ ਵਾਲੀ ਹੇਅਰ ਕਟਿੰਗ ਨਹੀਂ। ਮਾਸ਼ਾਅੱਲਾ ਤੱਕੋ ਹਾਂ ਕਿਤਨੀ ਪਿਆਰੀ ਲੁੱਕ ਲਿਕੜੀ ਹੈ ਮਾੜੀ, ਮਾਸਕ ਜਿਹਾ ਕੋਈ ਥੱਪੀ ਛੋੜਿਆ ਮੂੰਹ ਹੈ ਕਿ ਮੈਂ ਕਿਹਾ ਵਾ ਉੱਧਰ ਗਿਆ, ਇਤਨਾ ਸਫ਼ਰ ਕੀਤਾ, ਧੂੜ ਮਿੱਟੀ ਬਹੁਤ ਜ਼ਿਆਦਾ ਕਹਿ ਸਕਦਾ ਮੂੰਹ ਪਰ ਲੱਗੀ ਹੈ। ਬਹਰਹਾਲ ਇਹ ਜਿਹੜੀ ਅੱਜ ਸਾਡੀ ਵੀਡੀਓ ਦੀ ਸਪੈਸ਼ਲ ਜਿਹੜੀ ਚੀਜ਼ ਹੈ ਨਾ ਉਸਨੇ ਬਾਰੇ 'ਚ ਹੁਣ ਗੱਲ ਕਰਨੀ ਆ। ਮੈਂ ਕੁਇਕਲੀ ਕਹਿ ਸਕਦਾ ਜਨਾਬੇ ਵਾਲਾ ਨਾ ਕੱਪੜੇ ਚੇਂਜ ਕਰਕੇ ਕਹਿ ਸਕਦਾ ਨਾ ਮੈਂ ਮੂੰਹ ਧੋਈ। ਅੱਛਾ ਲਓ ਜੀ ਜਨਾਬ, ਮੈਂ ਘਰ ਸੋਚਿਆ ਕਿ ਨਾ ਜਾਣਾ ਘਰੋਂ ਸਿੱਧਾ ਕਹਿ ਸਕਦਾ ਨਾ ਮੈਂ ਨਾ ਢਲਣਾ ਡੈਮੇ ਨੇ ਉੱਪਰ ਇਹਦਾ ਕੋਠੀ 'ਚੋਂ ਤੱਕਣੇ ਉਸ ਸਰ ਰਸਤਾ ਕੋਣੀ, ਬਾਕੀ ਸਾਰਾ ਕੁਝ ਜਨਾਬੇ ਵਾਲਾ ਹੈ ਵੈ ਤੇ ਬੁਨ ਜੁਲਨੇ। ਅੱਜ ਮੈਂ ਕਿਹਾ ਕਿ ਡੈਮ ਹੀ ਜੁਲ ਗਿਆ ਵਿਊਵਰਸ ਕੀ ਦੱਸਣੇ ਆ, ਸਿਰਫ ਇਹ ਹੈ ਕਿ ਮੈਂ ਢਹੀ ਨਾ ਪਾਵਾਂ ਇੱਥੋਂ ਢਲਣੇ, ਇਤਨਾ ਮੁਸ਼ਕਲ ਵੀ ਨਹੀਂ ਹੈ ਢਲਣਾ। ਇਹ ਮੌਜਾਂ ਜਨਾਬ ਇਹ ਤਾਂ ਬਾਹਰ ਵੜ ਲਿਆ ਯੂਰਪ ਨੇ ਮੁਲਕਾਂ ਦੇ ਵਿੱਚ ਇਹ ਮੌਜਾਂ ਹੋਣੀਆਂ ਬਾਈ, ਘਰਾਂ ਦੇ ਨਾਲ ਡੈਮ ਲੱਗੇ ਆ, ਮਤਲਬ ਕਿ ਪਾਣੀ ਸਮੁੰਦਰ ਆਏ ਹਾਏ, ਜਿਹੜਾ ਦਿਲ ਕਰੇ ਸਮੁੰਦਰਾਂ ਤੋਂ ਲੈ ਜਾਓ। ਇੱਥੋਂ ਕਹਿੰਦਾ ਹੁਣ ਪੌੜੀਆਂ ਬਣਤੀਆਂ ਆਵਣ ਨਾ ਤਾਂ ਬੰਦਾ ਕੋਠੀ 'ਚ ਲੈ ਕੇ ਸਿੱਧਾ ਜਿਹੜਾ ਵੈ ਨਾ ਡੈਮਾਂ ਨੇ ਉੱਪਰ, ਘਰੋਂ ਹੀ ਮੱਛੀ ਦੀਆਂ ਡੋਰਾਂ ਜਿਹੜੀਆਂ ਨਾ ਉਹ ਲਾਈ ਗਏ ਅਪਰੂ ਬੇਹ ਗਿਆ ਸੱਟਾ ਬੰਦਾ ਡੋਰ ਵਿੱਚ ਸਿੱਧੀ ਉੱਧਰ ਸੋਹਣੇ ਸੋਹਣੇ ਤਿੱਤਰ ਬੋਲਣੇ ਨੇ। ਤਾਂ ਜਨਾਬ ਇਹ ਡੈਮ ਦਾ ਪਾਣੀ ਉਹ ਹੀ ਹੈ ਜਿਹੜੇ ਇਕੱਠੇ ਮੈਂ ਤੁਸੀਂ ਦੱਸੇ ਨਾ ਪਰ ਕਸ਼ਮੀਰ ਨੇ ਵਗਣੇ, ਤਾਂ ਸਾਰਾ ਉਹ ਪਾਣੀ ਜਿਹੜਾ ਵੈ ਨਾ ਇਸੇ ਡੈਮ ਨੇ ਵਿੱਚ ਅੱਛੀ ਕਹਿੰਦਾ ਜਮ੍ਹਾਂ ਹੋਇਆ ਵੈ, ਯਾਨੀ ਕਿ ਮੰਗਲਾ ਡੈਮ ਹੀ ਸਾਰਾ ਪਾਣੀ ਪਹਾੜਾਂ ਨਾ ਜਿਸ ਤਰ੍ਹਾਂ ਕਸ਼ਮੀਰ ਨੇ ਆਣਾ ਅੱਛਣਾ ਨਾ ਉਹ ਇੱਥੇ ਜਮ੍ਹਾਂ ਹੋਣਾ। ਤਾਂ ਜ਼ਿਲ੍ਹਾ ਕਿਹਾ ਸਾ ਨਾਮ ਹੈ, ਮੈਂ ਵਲੋਗਿੰਗ ਸਟਾਰਟ ਕੀਤੀ ਮਾਸ਼ਾਅੱਲਾ ਇਹਨਾਂ ਤਰਿਆਂ 4 ਸਾਲਾਂ, ਤੁਸਾਂ ਸਾਰਿਆਂ ਇਤਨਾ ਪਿਆਰ ਦਿੱਤਾ ਪੂਰੀ ਦੁਨੀਆ 'ਚ ਮਾਰਨ ਨਾਲ ਮਾਸ਼ਾਅੱਲਾ, ਅੱਜ ਬੰਦੇ
ਤੱਕਣੇ ਕਨੈਕਟਡ ਐਂਡ ਔਰ ਤੁਸਾਂ ਨੇ ਪਿਆਰ ਭਰੇ ਕਮੈਂਟਸ ਵੀ ਮੀਟੀ ਕਿਹਾ ਸਾਨੂੰ ਰਿਸੀਵ ਹੋਣੇ, ਮੈਸੇਜ ਵੀ ਕਿਹਾ ਸਾਨੂੰ ਮਾਸ਼ਾਅੱਲਾ ਰਿਸੀਵ ਹੋਣੇ। ਲੇਕਿਨ ਇਸ ਯੂਟਿਊਬ ਨੇ 4 ਸਾਲ ਦੀ ਜਰਨੀ ਨੇ ਵਿੱਚ ਮੈਂ ਇਤਨੀ ਸਟਰਗਲ ਕੀਤੀ ਹੈ, ਤੁਸਾਂ ਤੋਂ ਕੋਈ ਭੁੱਲੀ ਵੀ ਨਹੀਂ। ਮਾਸ਼ਾਅੱਲਾ ਕਿ ਵਿਊਵਰਸ ਮਾੜੇ ਉਹਨਾਂ 4-3 ਸਾਲਾਂ ਨੇ ਉਹ ਸਾਰੇ ਪੀਰੀਅਡ ਵਿੱਚ ਮਾੜੇ ਨਾਲ ਰਹੇ, ਹਰ ਵੀਡੀਓ ਉਹਨਾਂ ਤੱਕੀ ਹੈ, ਸਾਰੀ ਮਾੜੀ ਸਟਰਗਲ ਵੀ ਤੱਕੀ ਹੈ, ਕਿਉਂਕਿ ਇਹ ਮਾੜਾ ਇੱਕ ਸ਼ੌਕ ਸੀ ਅਤੇ ਮੈਂ ਆਪਣੇ ਸ਼ੌਕ ਨਾਲ ਚੱਲਣਾ ਰਿਹਾ ਅਤੇ ਹਰ ਤਕਲੀਫ ਇਸ ਸਫ਼ਰ ਨੇ ਵਿੱਚ ਨਾ ਬਰਦਾਸ਼ਤ ਕੀਤੀ ਹੈ। ਲੇਕਿਨ ਇਸ ਨਾਲ ਇਫੈਕਟ ਇਹ ਹੋਇਆ ਵੈ ਕਿ 12 ਸਾਲ ਜਿਹੜੀ ਮੈਂ ਸਪੋਰਟਸ ਦੀ ਗੇਮ ਕਰਨਾ ਸਾਂ ਉਸ 'ਚ ਮਾੜੀ ਡੇਲੀ ਲਾਈਫ ਰੂਟੀਨ ਜਿਹੜੀ ਸੀ ਨਾ ਇਸ ਨਾਲੋਂ ਅੱਡੀ ਗਿਆ ਸੀ, ਸਪੈਸ਼ਲੀ ਮਾੜੇ ਫੂਡ ਨੇ ਹਵਾਲੇ ਨਾਲ ਨਾ ਉਹ ਟੋਟਲੀ ਡਿਫਰੈਂਟ ਸੀ। ਜਿਸ ਦੌਰਾਨ ਮੈਂ ਭਲਵਾਨੀ ਕਹਿ ਸਾ ਨਾ ਕਰਨਾ ਰਿਹਾ ਵਾਂ, ਉਸ ਦੌਰਾਨ ਮਾੜੀ ਫੂਡ ਰੂਟੀਨ ਸੀ, ਮਤਲਬ ਹਰ ਇੱਕ ਚੀਜ਼ਾਂ ਨਹੀਂ ਕਹਿ ਸਾ ਨਾ ਮੈਂ ਇੱਕ ਰੂਟੀਨ ਸੀ। ਯੂਟਿਊਬ ਵਿੱਚ ਅੱਛੀ ਕਹਿਣਾ ਤਾਂ ਮਾੜੀ ਉਹ ਜਿਹੜੀ ਹੈਲਥ ਨਹੀਂ ਕੇਅਰ ਸੀ ਜਾਂ ਉਹ ਚੀਜ਼ ਸੀ ਨਾ ਉਹ ਬਿਲਕੁਲ ਹੀ ਨਾ ਖਤਮ ਹੋਈ ਗਈ ਹੈ, ਠੀਕ ਹੈ। ਕਿਉਂਕਿ ਕਦੇ ਮੈਂ ਕੁਦਰ ਪਹਾੜਾਂ 'ਚ, ਕਦੇ ਮੈਂ ਕਾਰ, ਕਦੇ ਕੁਦਰ, ਕਦੇ ਸਫ਼ਰਾਂ ਦੇ ਵਿੱਚ, ਕਦੇ ਕਿਸ ਤਰ੍ਹਾਂ ਅਤੇ ਕਦੇ ਕਿਸ ਤਰ੍ਹਾਂ। ਲੇਕਿਨ ਜਿਲ੍ਹਾ ਮੈਂ 12 ਸਾਲ ਤੱਕ ਇਹ ਭਲਵਾਨੀ ਨਹੀਂ ਗੇਮ ਕੀਤੀ ਹੈ ਨਾ ਮਾਸ਼ਾਅੱਲਾ ਨੇ ਨਾਲ ਡੇਲੀ ਨੇ ਬੇਸ ਉੱਪਰ ਜਨਾਬੇ ਵਾਲਾ ਤਕਰੀਬਨ 2.5 ਲੀਟਰ ਜਿਹੜਾ ਨਾ ਇਹ ਮੈਂ ਦੁੱਧ ਪੀਣਾ ਰਿਹਾ ਉਸ ਵੇਲੇ ਦੇਸੀ ਘਿਓ ਨਾਲ ਜਨਾਵੇ ਵਾਲਾ, ਇਹ ਇਤਨਾ ਬੜਾ ਪਿਆਲਾ ਚੂਰੀ ਨਾ, ਚਲੋ ਥੋੜ੍ਹਾ ਛੋਟਾ ਕਰੀ ਦਿੰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਕਿਹਾ ਸਾਨੂੰ ਬੱਕਰੇ ਨਾਲ ਨਾ 1 ਕਿਲੋ ਗੋਸ਼ਤ ਬੋਨਲੈਸ ਕਿਹਾ ਸਾ ਨਾਮ ਹੈ, ਇਹ ਮਾੜੀ ਇੱਕ ਰੂਟੀਨ ਸੀ ਖਾਣੇ ਨੇ ਫਰੂਟ ਇਹ ਉਹ, ਯਾਨੀ ਕਿ ਨਾ ਟੋਟਲੀ ਹੈਲਥੀ ਚੀਜ਼ਾਂ, ਉਸ ਤੋਂ ਬਾਅਦ ਡਰਾਈ ਫਰੂਟਸ, ਇਹ ਮਾੜੀਆਂ ਉਹਲੇ ਖੁਰਾਕਾਂ ਸਨ, ਠੀਕ ਹੈ। 12 ਸਾਲ ਤੱਕ ਕੰਟੀਨਿਊ ਮੈਂ ਇਹ ਖੁਰਾਕ ਕਿਹਾ ਸਾ ਨਾ ਮਾਸ਼ਾਅੱਲਾ ਨਾਲ ਖਾਣਾ ਰਿਹਾ ਵਾਂ। ਲੇਕਿਨ ਉਸ ਤੋਂ ਬਾਅਦ ਮੈਂ ਯੂਟਿਊਬ ਵਿੱਚ ਆਇਆ, ਫਿਰ ਮੈਂ ਘਰੋਂ ਹੀ ਬਾਹਰ ਨਿਕਲਿਆ ਵਾਂ, ਅੱਗੇ ਪਿੱਛੇ ਗਿਆ ਵਾਂ, ਨਾ ਕੁਦਰੇ ਲੱਭਾ ਦੁੱਧ, ਨਾ ਲੱਭੀ ਕੋਈ ਦੇਸੀ ਖੁਰਾਕ ਜਨਾਬੇ ਵਾਲਾ, ਤਾਂ ਕਿਹਾ ਸਾ ਨਾ ਕੁਦਰੇ ਦਾਲ ਖਾਧੀ। ਅਤੇ ਜਿਹੜਾ ਮੈਂ ਬੱਕਰਵਾਲਾਂ ਨਾਲ ਫਿਰ ਜਰਨੀ ਕੀਤੀ ਤਾਂ ਕਿਹਾ ਸਾ ਨਾ ਉਹਲੇ ਤਾਂ ਮੈਂ ਕਈ ਦਿਹਾੜੇ ਕਿਹਾ ਸਾ ਨਾ ਮੈਂ ਕਈ ਰਾਤਾਂ ਭੁੱਖਿਓਂ ਸੁੱਤਾ, ਕਿਸ ਤਰ੍ਹਾਂ ਕਿਸ ਤਰ੍ਹਾਂ, ਮਤਲਬ ਕਿ ਹਾਂ ਕਿ ਜਿਹੜਾ ਮੈਂ ਯੂਟਿਊਬ ਨਾਲ ਸ਼ੌਕ ਸੀ ਮਾਰ ਕੇ ਸਮੇਂ ਸਟਰਗਲ ਕੀ ਬਰਦਾਸ਼ਤ ਕੀਤਾ ਅਲਹਮਦੁਲਿਲਾ। ਲੇਕਿਨ ਇਸ ਨੇ ਵਿੱਚ ਮਾੜੀ ਸਾਰੀ ਜਿਹੜੀ ਹੈਲਥ ਹੈ ਨਾ, ਜਿਸ ਤਰ੍ਹਾਂ ਮਾੜਾ ਪਹਿਲੇ ਵੇਟ ਹੋਣਾ ਸੀ, ਠੀਕ ਹੈ, ਜਾਂ ਪਹਿਲੇ ਸਨ ਜਿਸ ਤਰ੍ਹਾਂ ਮੈਂ, ਉਹ ਬਹੁਤ ਸਾਰਾ ਡਿਫਰੈਂਸ ਉਸਨੇ 'ਚ ਆਇਆ ਕਿ ਮਾੜਾ ਵੇਟ ਬਹੁਤ ਸਾਰਾ ਕੈਸਾ ਨਾ ਮੈਂ ਘਟੀ ਗਿਆ। ਹੁਣ ਅਗਰ ਅੱਜ ਨਹੀਂ ਮੈਂ ਗੱਲ ਕਰਾਂ ਤਾਂ ਮਾੜਾ ਵੇਟ ਤਕਰੀਬਨ ਉਹ ਸੀ ਕੋਈ 68 ਯਾਨੀ ਕਿ 67-68 ਜਾਂ 70 ਕਰ ਗਈ ਨਾ ਮੈਕਸੀਮਮ। ਲੇਕਿਨ ਮਾੜਾ ਜਿਹਾ ਵੇਟ ਸੀ, ਐਵਰੇਜ ਵੇਟ ਜਿਹੜਾ ਮਾੜਾ ਸਹੀ, ਮੈਂ ਮਤਲਬ ਜਿਹੜਾ ਤਿਆਰ ਹੋਣਾ ਸਾਂ ਭਲਵਾਨੀ ਕਰਨਾ ਰਿਹਾ ਵਾਂ ਉਹਲੇ 85 ਰਿਹਾ ਵਾ, ਲੇਕਿਨ ਸਹੀ ਸਟਰੋਂਗ ਵੇਟ ਰਿਹਾ ਵਾ। ਅੱਜ ਦਿਨ ਤੱਕ ਮੈਂ ਜਿਤਨੇ ਦੌਰਾਨ ਭਲਵਾਨੀ ਕੀਤੀ ਹੈ ਮੈਂ ਕੋਈ ਕਿਸੇ ਕਿਸਮ ਦਾ ਵੇਟ ਗੈਨਰ ਯੂਜ਼ ਨਹੀਂ ਕੀਤਾ, ਕੋਈ ਇੰਜੈਕਸ਼ਨ, ਕੋਈ ਪ੍ਰੋਟੀਨ, ਕੋਈ ਦਿਸ ਐਂਡ ਦੈਟ ਨਹੀਂ, ਨੈਚੁਰਲ ਫੂਡ ਖਾਈ ਕਿਆ, ਨੈਚੁਰਲ ਅਲਹਮਦੁਲਿਲਾ ਮਾੜੀ ਅੱਲਾਹ ਤਾਲਾ ਸਿਹਤ ਇੱਕ ਰੱਖੀ ਸੀ। ਔਰ ਜਿਤਨੇ ਵੀ ਇਹ ਤੁਸਾਂ ਮਾੜੀਆਂ ਗੱਲਾਂ ਨਾਲ ਮੁਕਾਬਲੇ ਤੱਕੇ ਨੇ, ਸਿਰਫ ਨੈਚੁਰਲ ਫੂਡ ਦੇ ਨਾਲ ਜਨਾਬੇ ਵਾਲਾ ਮੈਂ ਮੁਕਾਬਲੇ ਕਰਨਾ ਰਿਹਾ, ਅੱਲਾਹ ਜ਼ਾਤ ਪਰ ਤਵੱਕਲ ਰੱਖਿਆ। ਲੇਕਿਨ ਹੁਣ ਮੈਂ ਦੁਬਾਰਾ ਚਾਹਣਾ ਵਾਂ, ਅੱਜ ਇਸ ਵੀਡੀਓ ਵਿੱਚ ਮਕਸਦ ਇਹ ਗੱਲ ਕਰ ਰਹੇ ਨਾ, ਜਿਸ ਮੈਂ ਬਾਕੀ ਜਰਨੀਸ ਤੁਸੀਂ ਦੱਸਿਆ ਨਾ ਇਹ ਮਾੜੀ ਹਾਲਤ ਤਾਂ ਕੈਸਾ ਨਾ, ਮੈਂ ਚਾਹੁੰਦਾ ਕਿ ਹੁਣ ਸਾਰੇ ਵਿਊਵਰਸ ਇਸ ਹਾਲਤ ਹੀ ਯਾਦ ਰੱਖੋ। ਅੱਜ ਮਤਲਬ ਕਿ ਇਸ ਵੀਡੀਓ ਦੇ ਵਿੱਚ ਇਨਸ਼ਾਅੱਲਾ ਮੈਂ ਤੁਸੀਂ ਦੱਸਣਾ ਚਾਹੁੰਦਾ ਕਿ ਹੁਣ ਮੈਂ ਇੱਕ ਆਪਣੀ ਹੈਲਥ ਜਰਨੀ ਕੈਸਾ ਨਾ ਮੈਂ ਕਰਨਾ ਚਾਹੁੰਦਾ ਵਾਂ ਕਿ ਉਹ ਆਣੇ ਨਾ ਕੈਸਾ ਨਾ ਗਈ ਜਵਾਨੀ ਹੱਥ ਨਾ ਹੋਵੇ ਭਾਵੇਂ ਲੱਖ ਖੁਰਾਕਾਂ ਖਾਈਏ, ਲੇਕਿਨ ਇਨਸ਼ਾਅੱਲਾ ਮੈਂ ਇਸ ਗਈ ਵੀ ਜਵਾਨੀ ਕਿ ਨਾ ਮਤਲਬ ਗਈ ਵੀ ਸਿਹਤ ਕੀ ਇਸ ਕੀ ਵਾਪਸ ਕਿਆ ਸਾ ਨਾ ਮੋੜਨਾ। ਔਰ ਮੈਂ ਚਾਹੁੰਦਾ ਕਿ ਮਾੜੀ ਆਪਣੀ ਜਿਹੜੀ ਪੂਰੀ ਜਰਨੀ ਹੈ ਨਾ ਇਨਸ਼ਾਅੱਲਾ ਇਹ ਮੈਂ ਆਪਣੇ ਵਿਊਵਰਸ ਦੇ ਨਾਲ ਕੁਸਾ ਕੁਸਾ ਵਲੋਗ ਨੇ ਵਿੱਚ ਸ਼ਾਮਿਲ ਕਰਿਆ ਕਰ ਸਾਂ, ਆਪਣਾ ਵਰਕਆਊਟ, ਆਪਣਾ ਕੈਸਾ ਨਾ ਵਾ ਫੂਡਸ, ਠੀਕ ਹੈ, ਇਹਨਾਂ ਚੀਜ਼ਾਂ ਕਿ ਨਾ ਕੁਸਾ ਕੁਸਾ ਵਲੋਗ ਵਿੱਚ, ਵੈਸੇ ਸਾਡੀ ਵਲੋਗਿੰਗ ਉਸ ਰੂਟੀਨ ਵਿੱਚ ਕੈਸਾ ਨਾ ਚੱਲ ਸੀ। ਲੇਕਿਨ ਮੈਂ ਸੋਚਿਆ ਕਿ ਅੱਜ ਇਸ ਜਰਨੀ ਨੇ ਵੀ ਕੈਸਾ ਨਾ ਇਨਸ਼ਾਅੱਲਾ ਆਗਾਜ਼ ਕਰਨੇ ਆ, ਔਰ ਆਪਣੀ ਜਿਹੜੀ ਗਈ ਵੀ ਹੈਲਥ ਹੈ, ਆਪਣਾ ਵੇਟ ਮੈਨ ਚੀਜ਼ ਕੈਸਾ ਨਾ ਮਾੜਾ ਜਿਹੜਾ ਨਾ ਬਹੁਤ ਜ਼ਿਆਦਾ ਗਿਆ ਹੈ, ਇਸ ਕੀ ਵਾਪਸ ਰਿਕਵਰ ਕਰਨਾ ਔਰ ਹੈਲਥੀ ਫੂਡ ਨਾਲ ਇਨਸ਼ਾਅੱਲਾ ਰਿਕਵਰ ਕਰਨਾ। ਔਰ ਨਾਲ ਮੈਂ ਚਾਹੁੰਦਾ ਸਾਂ ਕਿ ਆਪਣੇ ਉਹਨਾਂ ਵਿਊਵਰਸ ਕਿ ਥੋੜ੍ਹਾ ਮੈਂ ਆਪਣਾ ਨਾ ਪਾਸਟ ਲਾਈਫ ਕੈਸਾ ਨਾ ਮੈਂ ਥੋੜ੍ਹੀ ਜਿਹੀ ਦੱਸਾਂ
ਤਾਂ ਕਿ ਉਹ ਵੀ ਤੱਕਣ ਕਿ ਇਸ ਤੋਂ ਪਹਿਲੇ ਕਿਸ ਤਰ੍ਹਾਂ ਦੀ ਮਾੜੀ ਜ਼ਿੰਦਗੀ ਸੀ। ਔਰ ਅੱਜ ਵੀ ਮਿਕੀ ਕਈ ਵੀਡੀਓਜ਼ ਨੇ ਉੱਪਰ ਕੋਮੈਂਟਸ ਅੱਛੀਆਂ ਹਨ ਕਿ ਜੀ ਇਰਫਾਨ ਭਾਈ ਆਪਨੇ ਪਹਿਲਵਾਨੀ ਕਿਉਂ ਛੋੜੀ ਹੈ, ਆਪ ਪਹਿਲਵਾਨੀ ਮੈਂ ਕਹਿ ਸਕਦਾ ਵਾਪਸ ਆਏ। ਜਿਸ ਤਰ੍ਹਾਂ ਯੂਟਿਊਬ ਪਰ ਵੀ ਬੰਦੇ ਪਸੰਦ ਕਰਨੇ, ਇਸੇ ਤਰ੍ਹਾਂ ਜਿੱਥੇ ਮੈਂ ਮੁਕਾਬਲਾ ਕਰਨਾ ਰਿਹਾ ਮੈਦਾਨ ਹੈ, 10-10, 20-20 ਹਜ਼ਾਰ ਬੰਦਾ ਹੋਣ ਆ ਰਿਹਾ। ਜ਼ਾਹਿਰ ਗੱਲ ਹੈ ਉਹਨਾਂ ਨੂੰ ਚਾਹ ਪਿਆਰ ਅੱਜ ਵੀ ਮਾੜੇ ਨਾਲ ਉਸੇ ਤਰ੍ਹਾਂ ਹੈ। ਮੈਂ ਆਪਣੀ ਇਸ ਹੈਲਥ ਜਰਨੀ ਜੀ ਇਨਸ਼ਾਅੱਲਾ ਵਾਪਸ ਕਹਿ ਸਕਦਾ ਨਾ ਮੈਂ ਕਰਸਾਂ, ਆਪਣੀ ਹੈਲਥ ਕੀ ਰਿਕਵਰ ਕਰਸਾਂ ਅਗਰ ਅੱਲਾਹ ਤਾਲਾ ਮੈਂ ਮੌਕਾ ਦਿੱਤਾ ਤਾਂ। ਇਨਸ਼ਾਅੱਲਾ ਗੁਰੂ ਜ਼ਿੰਦਗੀ ਨੇ ਵਿੱਚ ਆਪਣੇ ਜਿਹੜੇ ਇਹ ਵਿਊਵਰਸ ਹਨ ਨਾ, ਇਹਨਾਂ ਕੀ ਇੱਕ ਵਾਰ ਮੈਚ ਕਰਕੇ ਦੁਬਾਰਾ ਅੱਲਾਹ ਨੇ ਹੁਕਮੇ ਨਾਲ ਦੱਸਾਂ ਕੀ ਹਾਂ ਕਿ ਹਾਲ ਹੈ। ਅਲਹਮਦੁਲਿਲਾ ਮੈਂ ਠੀਕ ਹਾਂ, ਸਹੀ ਸਲਾਮਤ ਹਾਂ, ਏਜ ਵਾਈਜ਼ ਕਹਿ ਸਕਦਾ ਯੰਗ ਹਾਂ, ਸ਼ੁਕਰ ਹੈ ਅੱਲਾਹ ਦੀ ਜ਼ਾਤ ਨਾਲ। ਲੇਕਿਨ ਹੁਣ ਮੈਂ ਇਸ ਹੈਲਥ ਕੀ ਰਿਕਵਰ ਕਰਨਾ, ਅੱਜ ਮੈਂ ਸਪੈਸ਼ਲ ਕਹਿ ਸਕਦਾ ਟੋਪਿਕ ਕਹਿ ਸਕਦਾ ਮੈਂ ਆਪਣੇ ਵਿਊਵਰਸ ਦੇ ਨਾਲ ਮਾਸ਼ਾਅੱਲਾ ਸ਼ੇਅਰ ਕਰਨਾ ਸੀ। ਇਹ ਮਾੜੀ ਹਾਲਤ ਤੱਕੀ ਕਿਨੋ ਜਿਹੜੀ ਐਬ ਹੈ ਇਸ ਕੀ ਹਾਲਤ ਹੈ ਕਿ ਯਾਦ ਰੱਖਿਆ ਇਨਸ਼ਾਅੱਲਾ। ਅਤੇ ਇਸ ਤੋਂ ਬਾਅਦ ਕਹਿ ਸਕਦਾ ਮੈਂ ਆਪਣੇ ਆਪ ਹੈ ਕਿ ਤਕਰੀਬਨ 90 ਡੇਜ਼ ਨਾ ਟਾਈਮ ਦੇਣਾ ਵਾ, ਯਾਨੀ ਕਿ 3 ਮਹੀਨਿਆਂ ਵਿੱਚ ਨਾ ਮੈਂ ਆਪਣੇ ਵੇਟ ਕੀ ਆਪਣੇ ਵਾਪਸ ਆਉਣਾ 85 ਜਾਂ 80+ ਕਹਿ ਸਕਦਾ ਨਾਮ ਹੈ, ਜਿਹੜਾ ਸਹੀ ਸਟਰੋਂਗ ਵੇਟ ਕਹਿ ਸਕਦਾ ਨਾਮ ਐਬ ਹੈ। ਔਰ ਨਾਲ ਨਾਲ ਜਿਹੜੀ ਸਾਡੀ ਵਲੋਗਿੰਗ ਦੀ ਰੂਟੀਨ ਹੈ, ਜਿਸ ਤਰ੍ਹਾਂ ਦੀ ਮੈਂ ਚੀਜ਼ਾਂ ਤੁਹਾਨੂੰ ਅੱਗੇ ਦੱਸਣਾ, ਜਿਸ ਤਰ੍ਹਾਂ ਸਾਡੀ ਵਲੋਗਿੰਗ ਚੱਲਣੀ ਹੈ ਉਹ ਤਾਂ ਨਾਲੋ ਨਾਲ ਚੱਲ ਸਣ। ਬਹਰਹਾਲ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਆ ਜਨਾਬੇ ਵਾਲਾ ਇਸ ਮਾੜੀ ਹੈਲਥ ਜਰਨੀ ਨੇ ਬਾਰੇ 'ਚ ਕਿ ਕਿਆ ਤੁਸੀਂ ਇਸੀ ਤੱਕਣਾ ਪਸੰਦ ਕਰ ਸੋ ਇਨਸ਼ਾਅੱਲਾ। ਹੁਣ ਮੈਂ ਪਹਿਲੇ ਆਪਣੀ ਸਾਰੀ ਜਿਮ ਬਣਾਈ ਵੀ ਹੋਣੀ ਸੀ, ਅਗਰ ਮਾੜਾ ਕੈਮਰਾ ਮੈਨ ਦੱਸਿਆ ਤੁਸਾਂ ਕਿ ਤਾਂ ਇਹ ਥੱਲੇ ਡੈਮ ਹੈ, ਇਹ ਥੱਲੇ ਤੱਕਣੇ ਉਹ ਸੋ ਇਹ ਡੈਮ ਹੈ। ਇੱਥੇ ਅਸਾਂ ਆਪਣਾ ਇੱਕ ਸਪੈਸ਼ਲੀ ਗਰਾਊਂਡ ਵਾਲਾ ਬਣਾਇਆ ਸੀ, ਜਿਹੜਾ ਭਲਵਾਨੀ ਕਰਨੇ ਰਿਹਾ ਟ੍ਰੈਨਿੰਗ ਵੇਟ ਲਿਫਟਿੰਗ ਨਾਲ ਸਾਰਾ ਕਹਿ ਸਕਦਾ ਅਸਾਂ ਸਮਾਨ ਰੱਖਿਆ ਸੀ। ਲੇਕਿਨ ਇਹਨਾਂ 3-4 ਸਾਲਾਂ ਪਤਾ ਨਹੀਂ ਵੇਟ ਕੁਧਰ ਗਏ ਅਤੇ ਕੁਧਰੋਂ ਕੁਧਰ ਗਏ, ਠੀਕ ਹੈ। ਲੇਕਿਨ ਹੁਣ ਆਸਤਾ ਆਸਤਾ ਵਾਪਸ ਕਹਿ ਸਕਦਾ ਇਨਸ਼ਾਅੱਲਾ ਜਿਹੜਾ ਨਾ ਮੈਂ ਆਪਣਾ ਸੈਟਅਪ ਜਿਹੜਾ ਵਾ, ਚਾਹੇ ਇੱਥੇ ਕੋਠੀ ਨੇ ਉੱਪਰ ਲਾਂ, ਚਾਹੇ ਥੱਲੇ ਕਹਿ ਸਕਦਾ ਨਾ ਮੈਂ ਲਾਂ, ਜਾਂ ਪਲਾਟ ਹੈ ਕੋਠੀ ਨਾ ਇੱਥੇ ਕਹਿ ਸਕਦਾ ਨਾ ਮੈਂ ਲਾਂ, ਬਹਰਹਾਲ ਦੁਬਾਰਾ ਜਿਹੜਾ ਨਾ ਉਹ ਇੱਕ ਮੈਂ ਆਪਣਾ ਖੁਆਇਸ਼ ਆ ਮਾੜੀ ਦਿਲੀ ਕਿ ਮੈਂ ਆਪਣਾ ਵਾਪਸ ਕਹਿ ਸਕਦਾ ਸਾਰਾ ਟ੍ਰੈਨਿੰਗ ਵਾਲਾ ਸਮਾਨ ਖਰੀਦਾਂ ਔਰ ਕਹਿ ਸਕਦਾ ਨਾ ਮੈਂ ਇੱਥੇ ਪੂਰਾ ਸੈਟਅਪ ਲਾਂ, ਤਾਂ ਕਿ ਇੱਥੋਂ ਇੱਕ ਤਾਂ ਵਿਊ ਬਹੁਤ ਸੋਹਣਾ ਵਾ ਔਰ ਸਵੇਲੇ ਸਵੇਲੇ ਜਿਹੜਾ ਵਰਕਆਊਟ ਨਾ ਇੱਥੇ ਮਜ਼ਾ ਸੀ, ਨਾਲ ਵਿਊਵਰਸ ਕੀ ਵੀ ਇਨਸ਼ਾਅੱਲਾ ਕੁਛ ਕੁਛ ਵੀਡੀਓ 'ਚ ਆਪਣਾ ਵਰਕਆਊਟ ਸ਼ਾਮਿਲ ਕਰੀ ਦੱਸਿਆ ਕਰਸਾਂ। ਬਹਰਹਾਲ ਵੀਡੀਓ ਹੋ ਗਈ ਹੈ ਬਹੁਤ ਲੰਬੀ, ਪਹਿਲੇ ਕਹਿ ਸਕਦਾ ਨਾ ਮੈਂ ਤੁਹਾਨੂੰ ਇਜਾਜ਼ਤ ਤਾਂ ਇਨਸਾਂ, ਪਹਿਲੇ ਇੱਕ ਵਾਰ ਦੀਦਾਰ ਕਰੋ ਇੱਥੋਂ ਵਿਊ ਨਾ, ਮਾਸ਼ਾਅੱਲਾ ਦੁਨੀਆ ਨੇ ਮੈਂ ਸਭ ਤੋਂ ਖੂਬਸੂਰਤ ਵਿਊ ਹੈ ਅਤੇ ਅੱਲਾ ਨੇ ਜ਼ਾਤ ਨਾਲ ਇਹ ਵੀ ਸ਼ੁਕਰ ਹੈ ਕਿ ਅੱਲਾ ਤਾਲਾ ਇੱਕ ਐਸੀ ਜਗ੍ਹਾ ਸਾਡਾ ਘਰ ਹੈ ਜਿੱਥੋਂ ਅਸਾਂ ਆਹ ਵੇਲਾ ਨਾ ਇੱਕ ਨੈਚੁਰਲ ਔਰ ਪੀਸਫੁੱਲ ਮਾਹੌਲ 'ਚ ਰਹਿੰਦੇ ਹਾਂ ਅਲਹਮਦੁਲਿਲਾ। ਇਸ ਨਾਲ ਹੀ ਤੁਸਾਂ ਸਭਾਂ ਕੋਲੋਂ ਜਨਾਬੇ ਵਾਲਾ ਇਜਾਜ਼ਤ ਇਨਸਾਂ, ਉਮੀਦ ਹੈ ਕਿ ਅੱਜ ਦੀ ਵੀਡੀਓ 'ਚ ਇੱਕ ਡਿਫਰੈਂਟ ਚੀਜ਼ ਕਹਿ ਸਾ ਨਾਮ ਹੈ ਤੁਸੀਂ ਮੈਂ ਦੱਸੀ ਹੈ ਅਤੇ ਇਹ ਤੁਸੀਂ ਪਸੰਦ ਆਈ ਹੋ ਸੀ। ਔਰ ਇਨਸ਼ਾਅੱਲਾ ਮਾੜ ਦਾ ਦੁਆ ਕਰੇ ਕਿ ਇਹ ਜਿਹੜੀ ਮੈਂ ਕਹਿ ਸਾ ਨਾਮ ਹੈ ਨਾ ਕਰਨਾ ਚਾਹੁੰਦਾ ਵਾ ਨਾ ਆਪਣੀ ਹੈਲਥ ਜਰਨੀ, ਆਪਣੀ ਹੈਲਥ ਕੀ ਰਿਕਵਰ, ਅੱਲਾ ਤਾਲਾ ਨੇ ਜ਼ਾਤ ਮਾੜੀ ਮਦਦ ਕਰਾ ਔਰ ਤੁਸਾਂ ਦੁਆ ਇਨਸ਼ਾਅੱਲਾ ਹੋਣੀ ਚਾਹੀਦੀ ਹੈ। ਕਿਉਂਕਿ ਜਿਲ੍ਹਾ ਮੈਂ ਕਿਸੇ ਚੀਜ਼ ਨਾਲ ਇਰਾਦਾ ਕਰੀ ਗਿੰਨਾ ਨਾ ਤਾਂ ਅੱਲਾ ਤਰਫੋਂ ਮੈਂ ਨਾਕਾਮ ਹੋ ਜਾਂ ਤਾਂ ਉਸ 'ਚ ਮਾੜਾ ਜ਼ੋਰ ਪਾਉਣੀ, ਲੇਕਿਨ ਮੈਂ ਆਪਣੀ ਫਿਰ ਪੂਰੀ ਜਿਸਕੀ ਆਣ ਨਾ ਕੈਸਾ ਨਾਮ ਹੈ ਪੂਰੀ ਉਸ ਚੀਜ਼ਾਂ ਨੇ ਪਰ ਫੋਕਸ ਕਰਕੇ ਤਾਂ ਉਹ ਕੰਮ ਕਰਨਾ ਔਰ ਅੱਲਾ ਤਾਲਾ ਫਿਰ ਮੈਂ ਹਮੇਸ਼ਾ ਉਸ ਚੀਜ਼ ਹੈ ਕਾਮਯਾਬੀ ਦੇਣ। ਬਹਰਹਾਲ ਤੁਸਾਂ ਸਭਾਂ ਨੇ ਪਿਆਰ ਨਾਲ ਬਹੁਤ ਸ਼ੁਕਰ ਗੁਜ਼ਾਰ ਹਾਂ, ਇਨਸ਼ਾਅੱਲਾ ਜਬ ਤੱਕ ਸਾਹ ਚੱਲਣੇ ਇਹ ਯੂਟਿਊਬ ਨਾਲ ਸਫ਼ਰ ਤੁਸਾਂ ਦੇ ਨਾਲ ਇਸੇ ਤਰ੍ਹਾਂ ਇਨਸ਼ਾਅੱਲਾ ਜਾਰੀ ਰਹੇ ਸੀ। ਜਿੱਥੇ ਜ਼ਿੰਦਗੀ ਖਤਮ ਹੋਏਗੀ ਉੱਥੇ ਜਨਾਬ ਵਾਲਾ ਹਮੇਸ਼ਾ ਮੈਂ ਦੁਆ ਯਾਦ ਰੱਖੇ ਅੱਲਾ ਸੋਹਣੇ ਨੇ ਵਾਲਾ।